ਸਤਿ ਸ਼੍ਰੀ ਅਕਾਲ ਦੋਸਤੋ, ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿਹਨੂੰ ਬਿਗ ਬ੍ਰੇਕਿੰਗ ਨਿਊਜ਼ ਕਹਿੰਦੇ ਆ। ਲੀਥੀਅਮ ਬੈਟਰੀ ਬਣਾਉਣ ਵਾਲੀ ਫੈਕਟਰੀ 'ਚੋਂ ਅੱਗ ਲੱਗਣ ਦੇ ਨਾਲ 20 ਤੋਂ ਵੱਧ ਲੋਕਾਂ ਦੀ ਮੌਤ। ਸੋ ਦੱਖਣੀ ਕੋਰੀਆ ਦੀ ਲੀਥੀਅਮ ਫੈਕਟਰੀ ਦੇ ਵਿੱਚ, ਬੈਟਰੀ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਅੱਗ ਲੱਗਣ ਦੀ ਘਟਨਾ ਤੋਂ 20 ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ। 23 ਮਜ਼ਦੂਰ ਹੋਰ ਜਿਨ੍ਹਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਸੋਹਨ ਹਾਪ ਸਮਾਚਾਰ ਏਜੰਸੀ ਨੇ ਸੋਮਵਾਰ ਨੂੰ ਪੁਲਿਸ ਅਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ। ਰਾਜਧਾਨੀ ਸਿਓਲ ਤੋਂ ਲਗਭਗ 45 ਕਿਲੋਮੀਟਰ ਦੱਖਣ 'ਚ ਹਵਾਸੋਂਗ 'ਚੋਂ ਇੱਕ ਬੈਟਰੀ ਪਲਾਂਟ 'ਚੋਂ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 10:30 ਵਜੇ ਅੱਗ ਲੱਗ ਗਈ। ਕੁੱਲ ਮਿਲਾ ਕੇ ਡਿਊਟੀ 'ਤੇ 67 ਮਜ਼ਦੂਰ ਸਨ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ 169 ਅੱਗ ਬਚਾਓ ਕਰਮਚਾਰੀਆਂ ਅਤੇ 63 ਉਪਕਰਨਾਂ ਨੂੰ ਜੁਟਾਇਆ, ਪਰ ਲੀਥੀਅਮ ਬੈਟਰੀ 'ਚ ਅੱਗ ਬੁਝਾਉਣ ਲਈ ਕਾਫ਼ੀ ਸੰਘਰਸ਼ ਕਰਨਾ ਪਿਆ।